ਸਤਿ ਸ਼੍ਰੀ ਅਕਾਲ ਜੀ, ਟਰੈਕਟਰ ਮੇਲਾ ਯੂਟਿਊਬ ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਹਾਂ। ਇਹ ਆ ਸਾਡਾ ਵਟਸਐਪ ਨੰਬਰ 9877988446। ਇਹ ਨੰਬਰ 'ਤੇ ਤੁਸੀਂ ਆਪਣੇ ਕੋਠੀਆਂ, ਜ਼ਮੀਨਾਂ, ਟਰੈਕਟਰ, ਟਰਾਲੀਆਂ, ਗੱਡੀਆਂ, ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ, 1 ਮਿੰਟ ਦੀ ਵੀਡੀਓ, ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ। ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ। ਵਾਹਿਗੁਰੂ ਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ। ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ। ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਹੈ ਜੀ। ਟਰਾਲੀ ਦਾ ਸਾਈਜ਼ ਹੈ 12x6 ਫੁੱਲ ਹੈਵੀ ਬਿੱਡ ਨਾਲ ਨੇ ਜੀ। ਏਰੀਆ ਜੀ ਪਿੰਡ ਘਰਿਆਲਾ ਤਰਨ ਤਾਰਨ। ਰੇਟ ਹੈ ਜੀ 85,000 ਰੁਪਏ ਡਿਮਾਂਡ, 85,000 ਰੁਪਏ ਡਿਮਾਂਡ ਰੱਖੀ ਗਈ ਹੈ। ਬਾਕੀ ਮੌਕੇ 'ਤੇ 9781800180732 ਇਸ ਨੰਬਰ 'ਤੇ ਫੋਨ ਕਰਕੇ 12x6 ਦੀ ਟਰਾਲੀ 85,000 'ਚ ਖਰੀਦ ਸਕਦੇ ਹੋ। ਸਵਰਾਜ 855 ਟਰੈਕਟਰ ਵਿਕਾਊ ਹੈ ਜੀ। 2011 ਮਾਡਲ ਹੈ ਜੀ। 3-star ਰਿਵਰਸ ਪੀਟੀਓ ਪੰਜਾਬ ਨੰਬਰ। 80% ਟਾਇਰ ਨੇ ਜੀ ਗੁੜੀਅਰ ਦੇ, ਗੁੜੀਅਰ ਟਾਇਰ ਨੇ 80%। ਏਰੀਆ ਸਰਹੰਦ। ਰੇਟ ਦੀ ਗੱਲ ਕਰੀਏ ਤਾਂ 3,60,000 ਰੁਪਏ ਡਿਮਾਂਡ ਹੈ ਜੀ। 9819461325, 9819461325 ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। KS ਦਾ ਰੀਪਰ ਵਿਕਾਊ ਹੈ ਜੀ। 2013 ਮਾਡਲ। 1,26,000 ਰੁਪਏ ਰੇਟ ਰੱਖਿਆ ਗਿਆ। ਬਾਕੀ ਸਾਫ਼ ਕੰਡੀਸ਼ਨ ਦਾ ਜੀ, ਕੋਈ ਗਲਿਆ ਸੜਾ ਨਹੀਂ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ, ਜਮਾਂ ਓਕੇ ਹੈ। ਬਸ ਤੁਸੀਂ ਮਾਲਕ ਵੀਰ ਦੇ ਨਾਲ ਸਿੱਧੇ ਡੀਲ ਕਰ ਸਕਦੇ ਹੋ। PV29 ਏਰੀਆ ਜੀ, ਅਤੇ ਵੀਰ ਦਾ ਨੰਬਰ ਹੈ ਜਿਹੜਾ ਤੁਸੀਂ ਨੋਟ ਕਰ ਲਓ, 6236994406। ਇਸ ਨੰਬਰ 'ਤੇ ਤੁਸੀਂ ਫੋਨ ਕਰਕੇ KS ਦਾ ਰੀਪਰ 2013 ਮਾਡਲ 1,26,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਏਰੀਆ ਤਲਵੰਡੀ ਸਾਬੋ ਦੇ ਵਿੱਚ 4-5 ਕਿੱਲੇ ਜ਼ਮੀਨ ਚਾਹੀਦੀ ਹੈ ਜੀ ਇਸ ਵੀਰ ਨੂੰ। ਅਤੇ ਜੇਕਰ ਕੋਈ ਵੀਰ ਵੇਚਦਾ ਹੋਵੇ ਇਸ ਵੀਰ ਦੇ ਨਾਲ, ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਤੁਹਾਡੀ ਸਕਰੀਨ 'ਤੇ ਸ਼ੋਅ ਹੋ ਰਿਹਾ ਜੀ, 9982724999। ਇਸ ਵੀਰ ਦੇ ਨਾਲ ਇਸ ਨੰਬਰ 'ਤੇ ਸੰਪਰਕ ਕਰੋ। ਟਰਾਲੀ ਵਿਕਾਊ ਹੈ ਜੀ। ਟਰਾਲੀ ਦਾ ਸਾਈਜ਼ ਹੈ 13x7। ਏਰੀਆ ਗੁੱਲਾ ਚੀਕਾ। ਵੇ ਦਾ ਟਾਇਰ ਨੇ, ਫੁੱਲ ਹੈਵੀ ਹੈ ਜੀ, ਡਬਲ ਟਾਇਰ ਨੇ। 2019 ਮਾਡਲ ਹੈ ਅਤੇ 2,50,000 ਰੁਪਏ ਰੇਟ ਰੱਖੇ ਗਏ। ਵਧੀਆ ਸਾਫ਼ ਕੰਡੀਸ਼ਨ ਦਾ ਫਰਸ਼ ਪਿਆ ਜੀ। ਜੈਕ ਵਾਲੀ ਟਰਾਲੀ ਹੈ ਜੀ, ਅਤੇ ਬਾਕੀ ਬਿੱਡ ਵਗੈਰਾ ਲੱਗੇ ਹੋਏ ਨੇ, ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਜੀ। 8390 ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ। 3 ਕਿੱਲੇ ਜ਼ਮੀਨ 'ਚੋਂ 5 ਫੁੱਟ ਮਿੱਟੀ ਚੱਕਣੀ ਹੈ ਜੀ। 3 ਕਿੱਲਿਆਂ 'ਚੋਂ 5 ਫੁੱਟ ਮਿੱਟੀ ਚੱਕਣੀ ਹੈ। ਇਹ ਵੇਚਣੀ ਹੈ ਵੀਰ ਨੇ ਮਿੱਟੀ, ਅਤੇ ਜੇਕਰ ਕਿਸੇ ਵੀਰ ਨੇ ਖਰੀਦਣੀ ਹੋਵੇ ਮਿੱਟੀ ਤਾਂ ਇਸ ਵੀਰ ਨਾਲ ਸੰਪਰਕ ਕਰੋ। ਏਰੀਆ ਰਾਮਪੁਰਾ। 7871444645 ਇਸ ਨੰਬਰ 'ਤੇ ਸੰਪਰਕ ਕਰੋ। ਅੱਗੇ ਗੱਲ ਕਰਦੇ ਹਾਂ ਜੀ ਟਰਾਲੀ ਵਿਕਾਊ ਹੈ 14x7 ਦੀ, ਡਬਲ ਜੈਕ ਵਾਲੀ, ਫੁੱਲ ਹੈਵੀ, 2021 ਮਾਡਲ। ਏਰੀਆ ਜਗਰਾਓਂ, ਜਗਰਾਓਂ ਏਰੀਆ ਜੀ। ਵਧੀਆ ਕੰਡੀਸ਼ਨ ਦੀ ਟਰਾਲੀ ਹੈ, 21 ਮਾਡਲ ਹੈ, ਤੁਸੀਂ ਦੇਖ ਸਕਦੇ ਹੋ। 3,70,000 ਦਾ ਰੇਟ ਹੈ, ਜਗਰਾਓਂ ਖੜੀ ਹੈ, ਤੁਸੀਂ ਦੇਖ ਸਕਦੇ ਹੋ। 6268844773 ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 3,70,000 'ਚ ਖਰੀਦ ਸਕਦੇ ਹੋ। HF ਗਾਂ ਵਿਕਾਊ ਆ, ਦੂਜੇ ਸੂਏ ਸੋਹਣਾ ਜੀ। ਏਰੀਆ ਜੀ ਪਿੰਡ ਸੈਣਾ ਬਰਨਾਲਾ। 8 ਦਿਨ ਸੋਨ 'ਚ ਰਹਿੰਦੇ ਆ। 20 ਕਿੱਲੋ ਦੁੱਧ ਦੀ ਗਰੰਟੀ ਹੈ, ਅਤੇ ਰੇਟ ਹੈ ਜਿਹੜਾ 57,000 ਰੁਪਏ ਰੇਟ ਰੱਖੇ ਗਏ ਜੀ। 20 ਕਿੱਲੋ ਦੁੱਧ ਦੀ ਗਰੰਟੀ, 8 ਦਿਨ ਰਹਿੰਦੇ ਨੇ ਸੋਨ 'ਚ। 9784846414 ਇਸ ਨੰਬਰ 'ਤੇ ਫੋਨ ਕਰਕੇ ਤੁਸੀਂ HF ਨਸਲ ਦੀ ਗਾਂ ਹੈ ਜਿਹੜੀ ਖਰੀਦ ਸਕਦੇ ਹੋ। ਕੰਪਿਊਟਰ ਕਰਾਹਾ ਵਿਕਾਊ ਹੈ ਜੀ, ਬਿਨਾਂ ਸਿਸਟਮ ਤੋਂ 52,000 ਰੁਪਇਆ ਰੇਟ ਹੈ ਜੀ। ਏਰੀਆ ਮੋਗਾ। 9154515 ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਕੰਪਿਊਟਰ ਕਰਾਹਾ ਬਿਨਾਂ ਸਿਸਟਮ ਤੋਂ 52,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਜੀ,
ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਇਸ ਵੀਰ ਨੂੰ ਜੀ ਮੁਕੰਦਪੁਰ ਨਵਾਂ ਸ਼ਹਿਰ ਏਰੀਏ ਦੇ ਵਿੱਚ 2.5 ਕਿੱਲਾ ਜ਼ਮੀਨ ਚਾਹੀਦੀ ਹੈ ਜੀ। ਤੇ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ, ਵਿੱਚ ਮੋਟਰ ਲੱਗੀ ਹੋਵੇ, ਤਾਂ ਇਸ ਵੀਰ ਦੇ ਨਾਲ ਤੁਸੀਂ ਵਟਸਐਪ ਰਾਹੀਂ ਸੰਪਰਕ ਕਰ ਸਕਦੇ ਹੋ। ਨੰਬਰ ਨੋਟ ਕਰ ਲਓ, +39 3529 94 95 94 ਇਸ ਨੰਬਰ ਤੇ ਵਟਸਐਪ ਰਾਹੀਂ ਸੰਪਰਕ ਕਰੋ। 12 ਕਿੱਲੇ ਜ਼ਮੀਨ ਵਿਕਾਊ ਹੈ ਜੀ, ਪੱਕਾ ਮੋਟਰ ਕਨੈਕਸ਼ਨ ਲੱਗਿਆ, ਤਕਸੀਮ ਟੱਕ ਹੈ ਜੀ, ਕੋਈ ਰੋਲੇ ਵਾਲਾ ਬਾਹਰ ਨਹੀਂ। ਏਰੀਆ ਜੀ ਬਿੰਜਲ ਪਟਿਆਲਾ, ਰੇਟ ਹੈ ਜੀ 35 ਲੱਖ ਰੁਪਇਆ ਕਿੱਲੇ ਦਾ, 35 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ। 12 ਕਿੱਲੇ ਜ਼ਮੀਨ ਹੈ, ਪੂਰੀ ਟੋਪ ਦਾ ਬਾਹਣ ਹੈ, ਤੁਸੀਂ ਦੇਖ ਸਕਦੇ ਹੋ, ਪੱਕਾ ਮੋਟਰ ਕਨੈਕਸ਼ਨ ਲੱਗਿਆ, ਤਕਸੀਮ ਟੱਕ ਹੈ ਜੀ। ਤੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ, ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ। ਤੇ ਨੋਟ ਕਰ ਲਓ, ਨੰਬਰ 99962 63 174 99962 63 174 ਇਸ ਨੰਬਰ ਤੇ ਫੋਨ ਕਰਕੇ ਤੁਸੀਂ 12 ਕਿੱਲੇ ਜ਼ਮੀਨ ਹੈ ਜਿਹੜੀ 35 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ। ਤੇ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਜ਼ਮੀਨ ਪਲਾਟ ਦੀ ਵੀਡੀਓ ਬਣਾ ਕੇ 2-3 ਮਿੰਟ ਦੀ ਫੋਨ ਟੇਢਾ ਕਰਕੇ ਵੀਡੀਓ ਬਣਾਉਣੀ ਹੈ ਜੀ, ਭੇਜ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ ਜੀ 98 77 98 84 46 ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਐਡ ਕਿਸੇ ਵੀ ਤਰ੍ਹਾਂ ਦੀ ਕਰਵਾ ਸਕਦੇ ਹੋ ਤੇ ਆਸਾਨੀ ਦੇ ਨਾਲ ਘਰ ਬੈਠੇ ਹਰ ਇੱਕ ਚੀਜ਼ ਵੇਚ ਤੇ ਖਰੀਦ ਸਕਦੇ ਹੋ। ਸੋ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਜੀ, ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ। ਉਮੀਦ ਹੈ ਤੁਸੀਂ ਅੱਗੇ ਤੋਂ ਵੀ ਏਦਾਂ ਸਪੋਰਟ ਕਰੋਗੇ। ਤੇ ਕਿਹੜੇ ਵੀਰ ਵੀਡੀਓ ਸ਼ੇਅਰ ਕਰਦੇ ਨੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ, ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ। ਸੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇੱਦਾਂ ਹੀ ਚੈਨਲ ਨੂੰ ਸਪੋਰਟ ਕਰੋਗੇ। ਤੁਹਾਡਾ ਆਪਣਾ ਚੈਨਲ ਹੈ ਜੀ, ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰਿਆ ਕਰੋ। ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਕਿਸਾਨ ਵੀਰ ਭੈਣਾਂ ਦੀ ਮਦਦ ਹੋ ਸਕਦੀ ਹੈ ਜੀ, ਕਈ ਵੀਰਾਂ ਦੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ। ਸੋ ਜਿਹੜੇ ਵੀਰ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ, ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ, ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ। ਸੋ ਜੇਕਰ ਕੋਈ ਵੀਰ ਐਡ ਕਰਵਾਉਣ ਦਾ ਚਾਹਵਨ ਹੈ, ਨੰਬਰ ਵੀਡੀਓ ਦੇ ਥੱਲੇ ਸ਼ੋਅ ਹੋ ਰਿਹਾ ਜੀ ਚਿੱਟੇ ਅੱਖਰਾਂ ਦੇ ਵਿੱਚ, ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਪ੍ਰੋਪਰ ਜਾਣਕਾਰੀ ਦੇ ਨਾਲ ਐਡ ਤੁਸੀਂ ਭੇਜ ਸਕਦੇ ਹੋ। ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਯੂਟਿਊਬ ਤੇ ਫੇਸਬੁੱਕ ਤੇ ਖੇਤੀਬਾੜੀ ਦੇ ਸੰਦਾਂ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ। ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ, ਕਈ ਵੀਰਾਂ ਦੇ ਮੈਸੇਜ ਫੋਨ ਕਾਲ ਆਉਂਦੇ ਨੇ ਕਿ ਰੇਟ ਬਹੁਤ ਜ਼ਿਆਦਾ ਹੁੰਦਾ। ਸੋ ਵੀਰਾਂ ਨੂੰ ਬੇਨਤੀ ਹੈ ਜੀ, ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਭੇਜਿਆ ਕਰੋ ਜੀ, ਤਾਂ ਕਿ ਤੁਹਾਡੀ ਹਰ ਇੱਕ ਚੀਜ਼, ਜ਼ਮੀਨ ਪਲਾਟ, ਪਸ਼ੂ, ਖੇਤੀਬਾੜੀ ਵਾਲੇ ਸੰਦ, ਗੱਡੀਆਂ, ਕਿਸੇ ਵੀ ਤਰ੍ਹਾਂ ਦੀ ਚੀਜ਼ ਹੈ, ਤੁਹਾਡੀ ਜਲਦੀ ਤੋਂ ਜਲਦੀ ਆਸਾਨੀ ਦੇ ਨਾਲ ਸੇਲ ਹੋ ਸਕੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ, ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ, ਟਰੈਕਟਰ, ਗੱਡੀ, ਪਲਾਟ ਜਾਂ ਕੋਈ ਕੋਠੀ ਤੇ ਜਾਂ ਕੋਈ ਮੋਟਰ ਕਨੈਕਸ਼ਨ ਚਾਹੀਦਾ, ਤਾਂ ਸਾਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਜੀ। ਸੋ ਵੱਧ ਤੋਂ ਵੱਧ ਕਰਦੇ ਸ਼ੇਅਰ, ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ। ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ, ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ। ਤੇ ਹੋਰ ਵੀ ਘੈਂਟ ਘੈਂਟ ਐਡਾਂ ਸਾਡੇ ਚੈਨਲ ਤੇ ਆਉਣ ਵਾਲੀਆਂ, ਸਾਰੀਆਂ ਐਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ।
ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ, ਤਦ ਤੱਕ ਲਈ ਰੱਬ ਰਾਖਾ ਜੀ।